ਸੈਂਟ ਜਾਰਜਸ ਸਕੂਲ ਦੁਆਰਕਾ ਦੇ 7ਵੀਂ ਕਲਾਸ ਦੇ ਸੋਸ਼ਲ ਸਾਇੰਸ ਵਿਸ਼ੇ ਦੇ ਇਸ ਪ੍ਰਸ਼ਨ ਪੱਤਰ ਤੇ 15ਵੇਂ ਸਵਾਲ ਤੇ ਜ਼ਰਾ ਗੌਰ ਨਾਲ ਨਜ਼ਰ ਮਾਰੋ। ਸਿੱਖ ਧਰਮ ਨੂੰ ਮਿਲੀਟੈਂਟ ਨਾਲ ਤਸਬੀਹ ਕਰਦੇ ਇਸ ਸਵਾਲ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਵੱਡੇ ਸਵਾਲ ਉੱਠ ਖੜੇ ਹੋਏ ਹਨ ਕਿ ਛੋਟੇ ਬੱਚਿਆਂ 'ਚ ਕਿਸੇ ਧਰਮ ਵਿਸ਼ੇਸ਼ ਪ੍ਰਤੀ ਕੀ ਜ਼ਹਿਰ ਭਰਿਆ ਜਾ ਰਿਹਾ ਹੈ, ਇਸ ਪਿੱਛੇ ਕਿਹੜੀਆਂ ਤਾਕਤਾਂ ਹਨ ਕਿ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਬੱਚਿਆਂ ਦੇ ਮਾਇੰਡ ਵਾਸ਼ ਕੀਤੇ ਜਾ ਰਹੇ ਹਨ। ਮਸਲਾ ਸਿਰਫ ਨਿੰਦਾ ਕਰਕੇ ਅੱਗੇ ਲੰਘ ਜਾਣ ਵਾਲਾ ਨਹੀਂ ਬਲਕਿ ਗੰਭੀਰ ਫਿਕਰ ਵਾਲਾ ਹੈ। ਇਨ੍ਹਾਂ ਮਾਸੂਮਾਂ ਦੇ ਸਾਹਮਣੇ ਸਿੱਖ ਧਰਮ ਦਾ ਜੋ ਅਕਸ਼ ਉਭਾਰਿਆ ਜਾ ਰਿਹਾ ਹੈ, ਕੀ ਉਹ ਬਰਦਾਸ਼ਤਯੋਗ ਹੈ? ਡੀਐਸਜੀ ਐਮਸੀ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਲਿਖਿਆ ਕਿ ਮੈਂ ਸੀਬੀਐਸਈ ਅਤੇ ਦਿੱਲੀ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣਾ ਚਾਹੁੰਦਾ ਹਾਂ ਜਿੱਥੇ ਦੁਆਰਕਾ ਦੇ ਸੈਂਟ ਜਾਰਜਸ ਸਕੂਲ ਵਿੱਚ ਖਾਲਸਾ ਨੂੰ ਮਿਲੀਟੈਂਟ ਲਿਖਿਆ ਜਾ ਰਿਹਾ ਹੈ। ਇਹ ਸਿੱਖ ਧਰਮ ਦੇ ਖਿਲਾਫ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪ੍ਰੋਪੇਗੰਡਾ ਹੈ। ਬੱਚਿਆਂ ਦੇ ਮਾਇੰਡ ਵਾਸ਼ ਕੀਤੇ ਜਾ ਰਹੇ ਹਨ। ਜੋ ਬੱਚੇ ਇਸ ਤਰ੍ਹਾਂ ਦੀ ਸੋਚ ਅਤੇ ਧਾਰਨਾ ਲੈ ਕੇ ਵੱਡੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖ ਧਰਮ ਪ੍ਰਤੀ ਨਫ਼ਰਤ ਹੀ ਪਣਪੇਗੀ। ਇਹ ਇੱਕ ਕ੍ਰਿਮੀਨਲ ਕੇਸ ਹੈ ਅਤੇ ਅਸੀਂ ਸਕੂਲ ਪ੍ਰਿੰਸੀਪਲ ਖਿਲਾਫ ਬੱਚਿਆਂ 'ਚ ਫਿਰਕੂ ਨਫ਼ਰਤ ਭਰਨ ਦੇ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਸੈਂਟ ਜਾਰਜਸ ਸਕੂਲ ਦੁਆਰਕਾ ਨੇ ਗੁਰੂ ਗੋਬਿੰਦ ਸਿੰਘ ਜੀ ਕੋ ਆਪਣੇ ਕੁਐਸਚਨ ਪੇਪਰ ਮੇਂ ਇੱਕ ਆਤੰਕੀ ਬਤਾਇਆ। ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਿਲੀਟੈਂਟ ਸੈਕਟ ਤਿਆਰ ਕੀਆ ਥਾ ਖਾਲਸਾ, ਮਤਲਬ ਉਹਨਾਂ ਨੇ ਇੱਕ ਆਤੰਕੀ ਸੰਗਠਨ ਤਿਆਰ ਕੀਆ ਥਾ, ਇੱਕ ਆਤੰਕੀ ਪੰਥ ਤਿਆਰ ਕੀਆ ਥਾ ਜਿਸਕਾ ਨਾਮ ਥਾ ਖਾਲਸਾ। ਇਸੇ ਦੁਰਭਾਗਿਆਪੂਰਨ ਕਿਆ ਹੋ ਸਕਤਾ ਹੈ, ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਲਾਲ ਵਾਰ ਦੀ ਇਸ ਦੇਸ਼ ਕੇ ਲੀਏ, ਆਜ ਉਸ ਦੇਸ਼ ਕੇ ਲੋਕੋਂ ਕੇ ਅੰਦਰ ਇੱਕ ਮਾਸਟਰ ਉੱਠ ਕੇ ਆਪਣੇ ਬੱਚੋਂ ਕੋ ਯੇ ਪੜਾਣੇ ਕੀ ਕੋਸ਼ਿਸ਼ ਕਰ ਰਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਤੰਕੀਓ ਕੋ ਬਨਾਇਆ ਥਾ। ਜਹਾਂ ਹਮ ਇਸਕੀ ਪੁਰਜ਼ੋਰ ਨਿੰਦਾ ਕਰਤੇ ਹੈ, ਵਹੀਂ ਮੈਨੇ ਦਿੱਲੀ ਪੁਲਿਸ ਕੋ ਉਸਕੇ ਖਿਲਾਫ਼ ਕਾਰਵਾਈ ਕਰਨੇ ਕੀ, ਸਕੂਲ ਕੇ ਖਿਲਾਫ਼ ਮੁਕੱਦਮਾ ਦਰਜ ਕਰਨੇ ਕੀ ਅਪੀਲ ਕੀ ਹੈ। ਮਸਲਾ ਗੰਭੀਰ ਹੈ, ਚਿੰਤਾਜਨਕ ਹੈ ਅਤੇ ਲੋੜ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉਣ ਦੀ ਹੈ ਅਤੇ ਉਮੀਦ ਹੈ ਕਿ ਗੱਲ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਤੋਂ ਅਗਾਹ ਵਧੇਗੀ ਅਤੇ ਡੀਐਸਜੀ ਐਮਸੀ ਨੂੰ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਕੂਲ ਖਿਲਾਫ ਮੁਹਿੰਮ ਅਰੰਭਣੀ ਪਵੇਗੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।